ਤਾਂ ਇਸ ਵੇਲੇ ਦੀ ਵੱਡੀ ਖਬਰ, ਦੋ ਪਿਟਬੁਲ ਕੁੱਤਿਆਂ ਦੇ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ, ਸਾਰੇ ਸਰੀਰ ਨੂੰ ਨੋਚ ਦਿੱਤਾ ਇਹਨਾਂ ਦੋ ਪਿਟਬੁਲ ਕੁੱਤਿਆਂ ਦੇ ਵੱਲੋਂ। ਦੱਸ ਦਈਏ ਕਿ ਜ਼ਖਮੀ ਹੋਈ ਮਹਿਲਾ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪੂਰਾ ਸਰੀਰ ਇਹਨਾਂ ਦੋ ਪਿਟਬੁਲ ਕੁੱਤਿਆਂ ਦੇ ਵੱਲੋਂ ਨੋਚਿਆ ਗਿਆ, ਮੂੰਹ ਅਤੇ ਲੱਤਾਂ 'ਤੇ ਜ਼ਿਆਦਾ ਦੰਦ ਮਾਰੇ ਗਏ ਨੇ। ਮੋਹਾਲੀ ਦੇ ਖਰੜ ਦੇ ਵਿੱਚ ਇਹ ਘਟਨਾ ਸਾਹਮਣੇ ਆਈ। ਇੱਕ ਔਰਤ ਜੋ ਕਿਸੇ ਦੇ ਘਰ ਦੇ ਵਿੱਚ ਸਫਾਈ ਕਰਨ ਗਈ ਤਾਂ ਉੱਥੇ ਦੋ ਪਿਟਬੁਲ ਕੁੱਤਿਆਂ ਦੇ ਵੱਲੋਂ ਅਚਾਨਕ ਹਮਲਾ ਕੀਤਾ ਗਿਆ। ਹੱਥ, ਪੈਰ, ਮੂੰਹ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਮਹਿਲਾ ਨੂੰ ਪਹਿਲਾਂ ਖਰੜ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੂੰ ਸੈਕਟਰ 32 ਦੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ। ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਤਾਂ ਕੁੱਤੇ ਦਾ ਕਹਿਰ, ਪਿਟਬੁਲ ਕੁੱਤੇ ਦਾ ਕਹਿਰ ਸਾਫ਼ ਤੌਰ 'ਤੇ ਨਜ਼ਰ ਆਇਆ। ਕਿਸ ਤਰੀਕੇ ਦੇ ਨਾਲ ਮਹਿਲਾ ਨੂੰ ਨੋਚ ਨੋਚ ਕੇ ਖਾ ਲਿਆ, ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਕਿਹੜਾ ਮਹੱਲਾ ਜੀ ਇਹ? ਕੀ ਮਸਲਾ ਹੈ? ਪਹਿਲਾਂ ਅੱਜ ਜਿਹੜੇ ਲੇਡੀ ਨੇ ਕਿਉਂ ਵੱਢਿਆ ਕੁੱਤੇ ਨੇ, ਪਿਟਬੁੱਲ ਨੇ, ਇਹ ਪਤਾ ਲੱਗਿਆ ਵੀ ਤੁਹਾਡੇ ਵੀ ਪਹਿਲਾਂ ਵੀ ਤੁਹਾਨੂੰ ਵੀ ਵੱਢਿਆ ਸੀ? ਹਾਂਜੀ, ਜਦ ਵੀ ਤੁਸੀਂ ਕਿਹਾ ਸੀ ਵੀ ਇਹਨਾਂ ਨੂੰ ਛੱਡ, ਇਹ ਪਿਛਲੇ ਸਾਲ ਸਾਨੂੰ ਵੀ ਮੈਂ ਆਪਣੇ ਡੋਗੀ ਨੂੰ ਘੁਮਾ ਰਿਹਾ ਤਾ ਅਤੇ ਇਹਨਾਂ ਦੇ ਕੁੱਤੇ ਦੋਵੇਂ ਖੁੱਲ੍ਹੇ ਛੱਡੇ ਹੋਏ ਤੇ ਪਿਟਬੁੱਲ, ਅਤੇ ਪਿਟਬੁੱਲ ਜਦੋਂ ਮੈਂ ਘੁਮਾ ਰਿਹਾ ਦੋਵਾਂ ਨੇ ਆ ਕੇ ਮੇਰੇ ਕੁੱਤੇ ਨੂੰ ਫੜ ਲਿਆ, ਕੁੱਤੇ ਨੂੰ ਫੜਿਆ, ਅਸੀਂ ਡੰਡੇ ਮਾਰ ਮਾਰ ਕੇ ਛਿੜਾਇਆ, ਮੈਂ ਗੋਦੀ ਚੱਕਿਆ, ਗੋਦੀ ਚੱਕੇ ਨੂੰ ਮੇਰੀ ਬਾਂਹ ਫੜ ਲਈ, ਮੇਰੀ ਬਾਂਹ 'ਤੇ ਵੀ ਇਹਨੇ ਦੰਦ ਮਾਰੇ ਅਤੇ ਮੈਂ ਵੀ ਟੀਕੇ ਲਵਾਏ, ਅਤੇ ਆਪਣੇ ਮੇਰੇ ਡੋਗੀ ਨੂੰ ਤਾਂ ਪਹਿਲੇ ਲੱਗੇ ਹੋਏ ਸੀ, ਅਤੇ ਉਹਦੇ ਬਾਅਦ ਫਿਰ ਇਹਨਾਂ ਦਾ ਮੈਂ ਆ ਕੇ ਘਰਾਂ ਆ ਕੇ ਮੈਂ ਅਤੇ ਮੇਰੀ ਮਿਸਿਜ ਆ ਕੇ ਗਏ, ਅਤੇ ਜਿਨ੍ਹਾਂ ਨੇ ਕਿਹਾ ਵੀ ਸਾਡੇ ਕੁੱਤੇ ਦੇ ਟੀਕੇ ਲੱਗੇ ਹੋਏ ਆ, ਅਤੇ ਇਹਨਾਂ ਨੇ ਮੇਰੇ 'ਤੇ ਮਾਫ਼ੀ ਮੰਗੀ ਵੀ ਸੋਰੀ ਫੀਲ ਕਰੀ ਵੀ ਸਾਤੇ ਗਲਤੀ ਹੋ ਗਈ ਵੀ ਜਿਹੜੇ ਅਸੀਂ ਖੁੱਲ੍ਹੇ ਛੱਡੇ ਹੋਏ ਤੇ, ਅਤੇ ਸਾਨੂੰ ਮਾਫ਼ ਕਰੋ ਵੀ ਜਿਹੜਾ ਤੁਹਾਡਾ ਖਰਚਾ ਆਊਗਾ ਟੀਕਿਆਂ ਦਾ ਅਸੀਂ ਦਊਂਗੇ। ਅਸੀਂ ਕਿਹਾ ਵੀ ਇੰਨੇ ਮਰੇ ਨਹੀਂ ਹੋਏ, ਅਸੀਂ ਟੀਕੇ ਆਪੇ ਲਵਾ ਲਓ। ਕੀ ਨਾਮ ਹੋਗਾ ਜੀ? ਮੇਰਾ ਨਾਮ ਜਰਨੈਲ ਸਿੰਘ ਖਾਲਸਾ ਜੀ, ਮੈਂ ਇੱਥੇ ਨਾਲ ਹੀ, ਮੇਰਾ ਘਰ ਉੱਥੇ ਰਹਿਣਾ ਜੀ। ਗੁਰਤੇਗ ਬਹਾਦਰ ਨਗਰ 'ਚ ਰਹਿੰਦੇ? ਬਿਲਕੁਲ ਜੀ, ਬਿਲਕੁਲ, ਅੱਜ 5-6 ਘਰ ਛੱਡ ਕੇ ਮੇਰਾ। ਜਿਹੜਾ ਗੁਰਤੇਗ ਬਹਾਦਰ ਨਗਰ ਦੇ ਵਿੱਚ ਇੱਕ ਲੇਡੀ ਨੂੰ ਕੁੱਤੇ ਨੇ ਵੱਢਿਆ ਜੀ, ਹਾਂਜੀ, ਉਹਦੇ ਬਾਰੇ ਕਿਆ ਕਹਿੰਦੇ ਤੁਸੀਂ? ਉਹਦੇ ਬਾਰੇ ਦੇਖੋ, ਅਸੀਂ ਜਿਹੜਾ ਵੀ ਉਹ ਵਿਚਾਰੀ ਕੁੜੀ ਨਾਲ ਹੋਇਆ ਆ, ਉਹਦੇ ਨਾਲ ਬਹੁਤ ਮਾੜੀ ਗੱਲ ਹੋਈ ਆ, ਅਸੀਂ ਤਾਂ ਅਰਦਾਸ ਕਰਦੇ ਗੁਰੂ ਸਾਹਿਬ ਅੱਗੇ ਕਿ ਉਹ ਬਚ ਜਾਵੇ ਜੀ, ਕਿਉਂਕਿ ਜਿੱਦਾਂ ਦੇ ਹਾਲਾਤ ਦੱਸ ਰਹੇ ਨੇ ਅਤੇ ਜਿੱਦਾਂ ਉਹਦੀ ਬਲੀਡਿੰਗ ਹੋਈ ਆ, ਇੱਥੋਂ ਵੱਢਿਆ ਉਹਦੇ ਜਾਂ ਲੱਤ ਬਾਂਹ ਤੋਂ ਜਿੱਥੋਂ ਵੀ ਕੱਟਿਆ ਕੁੱਤੇ ਨੇ, ਉਹ ਜੇ ਬਚ ਵੀ ਜਾਂਦੀ ਆ ਤਾਂ ਬੜੀ ਉਹਦੀ ਕਿਸਮਤ ਚੰਗੀ ਹੈ ਜੀ, ਠੀਕ ਹੈ ਜੀ। ਪਰ ਉਹ ਸਭ ਤੋਂ ਮਾੜੀ ਗੱਲ ਇਹ ਆ ਵੀ ਇੱਥੇ ਘਰ ਘਰ ਕੁੱਤੇ ਲੋਕਾਂ ਰੱਖੇ ਹੋਏ ਨੇ ਜੀ, ਕਿਉਂਕਿ ਕੁੱਤੇ ਇੰਨੇ ਕੁ ਛੋਟੇ ਘਰਾਂ ਦੇ ਵਿੱਚ ਰੱਖਣੇ ਬਿਲਕੁਲ ਨਜਾਇਜ਼ ਨੇ ਜੀ, ਜਾਇਜ਼ ਨਹੀਂ ਹੈਗੇ ਜੀ, ਕਿਉਂਕਿ ਜੇ ਆਮ ਇਨਸਾਨ ਨੂੰ ਵੀ ਕਹਿੰਦੇ ਕੁੱਤਾ ਜਿਹਨਾਂ ਰੱਖਿਆ ਹੁੰਦਾ ਜੀ, ਉਹ ਵੀ ਅਗਲਾ ਕਹਿੰਦਾ ਨਹੀਂ ਜੀ ਇਹ ਵੱਢਦਾ ਨਹੀਂ ਹੈਗਾ ਜੀ, ਜੇ ਨਹੀਂ ਵੱਢਦਾ ਜਦੋਂ ਕਿਸੇ ਨੂੰ ਵੱਢ ਲੈਂਦਾ, ਹੁਣ ਦੇਖੋ ਆਹ ਬੱਚੀ ਨੂੰ ਜਿਹਨੇ ਵੱਢਿਆ ਜੀ ਕੁੱਤੇ ਨੇ, ਅਤੇ ਉਹਦਾ ਪਰਿਵਾਰ ਕਹੀ ਜਾਂਦਾ ਜੀ ਵੱਢ ਲੈਂਦੇ ਕੋਈ ਗੱਲ ਨਹੀਂ ਇਲਾਜ ਕਰਾਉਂਦੇ, ਇੱਕ ਇਲਾਜ ਕਰਾਉਣਾ ਹੀ ਇਹ ਗੱਲ ਨਹੀਂ ਹੈਗੀ, ਇਲਾਜ ਤੱਕ ਸੀਮਤ ਨਾ ਰਹੋ, ਉਹਦਾ ਤਾਂ ਉਹਨੂੰ ਤਾਂ ਬੱਜਲ ਸਾਰੀ ਉਮਰ ਵਾਸਤੇ ਕਰ ਦਿੱਤਾ ਨਾ ਜੀ, ਜੇ ਉਹਨੂੰ ਠੀਕ ਕਰ ਸਕਦੇ ਤਾਂ ਕਰਕੇ ਦਿਖਾਉਣ ਜੀ ਇਹ, ਠੀਕ ਹੈ ਨਾ ਜੀ। ਸੋ ਇਹ ਕੁੱਤੇ ਮੇਰੇ ਹਿਸਾਬ ਨਾਲ ਤਾਂ ਰੱਖਣੇ ਨਹੀਂ ਚਾਹੀਦੇ, ਇੱਥੇ ਘਰ ਘਰ ਦੇ ਵਿੱਚ ਹੋਰ ਵੀ ਕਈ ਕੁੱਤੇ ਰੱਖੇ ਹੋਏ ਨੇ, ਉਹਨਾਂ 'ਤੇ ਵੀ ਐਕਸ਼ਨ ਹੋਣਾ ਚਾਹੀਦਾ। ਮੇਰੇ 'ਤੇ ਸਰਕਾਰ ਅੱਗੇ ਵੀ ਬੇਨਤੀ ਆ, ਪ੍ਰਸ਼ਾਸਨ ਅੱਗੇ ਵੀ ਬੇਨਤੀ ਆ ਜੀ, ਅਤੇ ਜਿੱਥੇ ਸਾਡੀ ਲੋੜ ਪਊਗੀ ਅਸੀਂ ਸਾਰਾ ਮਹੱਲਾ ਲੈ ਕੇ ਨਾਲ ਤੁਰਾਂਗੇ ਜੀ। ਬਾਜੀ ਕੀ ਨਾਮ ਹੈ? ਮੇਰਾ ਨਿਰਮੈਲ ਸਿੰਘ ਹੈ ਜੀ। ਕਿਹੜਾ ਮਹੱਲਾ ਹੈ ਜੀ ਇਹ? ਕਿਹੜਾ? ਗੁਰਤੇਗ ਬਹਾਦਰ ਨਗਰ ਜੀ, ਵਾਰਡ ਨੰਬਰ 5। ਤਾਂ ਇੱਥੋਂ ਇਹ ਪਤਾ ਲੱਗਿਆ ਹੈ ਕਿ ਕਿਸੇ ਲੇਡੀਜ਼ ਨੂੰ ਪਿੱਟ ਬੋਲੇ ਨੇ, ਕੁੱਤੇ ਨੇ ਕੱਟਿਆ ਹੈ, ਤਾਂ ਤੁਸੀਂ? ਹਾਂਜੀ, ਮੈਂ ਨਾ ਦੂਜੀ ਗਲੀ 'ਚ ਬੱਚੇ ਨੂੰ ਖੜਾ ਰਿਹਾ ਸੀਗਾ, ਉੱਥੇ ਮੈਂ ਚੀਕਾਂ ਸੁਣੀਆਂ, ਮੈਂ ਕਿਹਾ ਕਿ ਜਨਾਨੀ ਨੂੰ ਕੁੱਟ ਰਿਹਾ, ਪਰ ਜਦ ਮੈਂ ਉਹਦੇ ਆ ਕੇ ਦੇਖਿਆ ਨਾ ਬਹੁਤ ਲਹੂ ਲੁਹਾਣ ਹੋਈ ਵੀ ਸੀ, ਕੁੱਤਾ ਤਾਂ ਅੰਦਰ ਵੜ ਗਿਆ ਸੀ, ਇਹਨਾਂ ਨੇ ਬੰਦਿਆਂ ਨੇ ਛਡਾਇਆ ਹੋਇਆ ਕਿਸੇ ਨੇ, ਪਰ ਉਹਦਾ ਆ ਪਜਾਮਾ ਸਾਰਾ ਖੂਨ ਨਾਲ ਲੱਥ ਸੀ, ਆਹ ਸਾਰੇ ਉਰੇ ਆਹ ਮਾਸ ਗਿਰਿਆ ਪਿਆ ਥੱਲੇ ਨੂੰ, ਗਰਦਨ ਬੁਰੀ ਹਾਲਤ ਸੀ, ਗਰਦਨ ਵੀ ਕੱਟੀ ਹੋਈ ਪੂਰੀ। ਖਤਰਨਾਕ ਕੌਣ ਸੁਣਦਾ ਹੁਣ, ਕਈ ਕਾਂਡ ਕਰਦੇ ਕੁੱਤੇ ਨੂੰ।